हाँ जी सत श्री अकाल जी सारा नूं वेलकम बैक टू चैनल गाइस। आई होप तुसी सारे घैंट हो। तो अज आप लैके आए हैं मीटअप ब्लॉग कि लैके आए हैं, तुम्हें टाइटल थंबनेल तो पता लग ही गया होना। इंद्रजीत सिंह निक्कू जो सिंगर है पंजाबी इंडस्ट्री के, तो अज आ रहे हैं हरिमंदर साहब, उन्होंने इंटरव्यू है। तो कोशिश करा, होप कर रहा हूँ, तो आप फोटो करावे भाजी उन्होंने। ब्लॉग के लास्ट तक जुड़े रहो, तो जिन्होंने चैनल नहीं सबसक्राइब किया जरूर सबसक्राइब करो, लाइक कमेंट शेयर करना ना भूलो। तो ऐसे ब्लॉग आ रहे हैं साढ़े, तो हूँ ऐसे ही ब्लॉग आते रहेंगे, तो सपोर्ट करो। तो धन्यवाद, तुम्हें मैं एक धन्यवाद करना चाहना, मेरी इंस्टा से रील वायरल हो गई है, 15K व्यू लगी है इंस्टा से। तो धन्यवाद सब का जोड़े प्यार करते हैं, थैंक यू, बहुत बहुत धन्यवाद ता, तो सपोर्ट इदा ही करते रहो, ताे भरा प्यार की बहुत लड़ है सूँ। तो आप हम कोशिश करा कि साड़ी फोटो हो, पर मैं इन्नी कोशिश करा फोटो साड़ी जरूर होगी। तो आप हूँ आप दरबार साहब जाना है, तो मत्था टेकना भाजी भाजी ने, तो मत्था टेकना अजे तो सू थोड़ा, मैं थोड़ा काम आया सर, मैं चल काम करके आप फिर हरिमंदर साहब जावे, तो निकू भाजी होना फोटो करावे, तो उन्होंने इंटरव्यू देखा। तो ब्लॉग के लास्ट तक जुड़े तो मिलते हैं, तो भाजी की इंटरव्यू देख के। A few moments later. बाद मत्था टेक लिया, पालकी साहब चली गई है, तो मिलाने तुम थोड़े दिन निकू भाजी होना नाल, ते शायद हो सके फोटो करावे। तो देखियो निकू भाजी होनी, हाँ जी, तो निकू भाजी होनी आ गए हैं। सफर पलों के तय हो जाता है, जो किस्मत साथ दी जाती है। इस वक्त असी सचखंड श्री हरिमंदर साहिब के मौजूद है, जिथे इंद्रजीत सिंह निकू जेड़े के जिन्हों की वीडियो एक बड़ी वायरल हुई सी, उस तो बाद फिर तरक्की कितना कितने कदम चुमती हुई नज़र आ रही है। निकू इतने पहुंचे ने सचखंड श्री हरिमंदर साहिब में नतमस्तक हो रहे हैं, तो गलबात साझी करांगे कि किस तरीके दे नाल ये सफ़र जिहड़ा विचकार रुक गया सी, कारण की रहा सी, क्यों ये सफ़र विचकार रुक गया सी। देखो अपनी फैमिली दे नाल इत्थे पहुंचे ਵੀ ਇਸ ਵੇਲੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਲੇਕਿਨ ਥੱਲੇ ਆਈਡੀ ਥੱਲੇ ਥੱਲੇ ਹਰਮੀਤ ਜੀ ਥੱਲੇ ਹਰਮੀਤ ਕੋਈ ਯਾਰ ਫੋਨ ਪਿੱਛੇ ਦਿਖਾ ਜੀ ਕੀ ਦਿੱਤੇ ਭਾਜੀ ਤਾਂ ਕਰ ਰਹੇ ਜੀ ਫੋਨ ਪਿੱਛੇ ਕਰੋ ਭਾਜੀ ਵਾਹਿਗੁਰੂ ਦੇ ਹੁਕਮ ਬਿਨਾਂ ਪਤਾ ਨਹੀਂ ਜੋ ਵੀ ਹੁੰਦਾ ਵਾਹਿਗੁਰੂ ਦੀ ਰਜ਼ਾ ਨਾਲ ਹੁੰਦਾ ਸਰ, ਆਪਣੀ ਮਰਜ਼ੀ ਨਾਲ ਅਸੀਂ ਦੂਜਾ ਸਾਹ ਨਹੀਂ ਲੈ ਸਕਦੇ। ਸੋ ਵਾਹਿਗੁਰੂ ਨੇ ਜਿਵੇਂ ਜਿਵੇਂ ਵਿਧ ਬਣਾਈ ਹੈ, ਜਿੱਧਰ ਜਿੱਧਰ ਤੁਰੀ ਜਾਂਦਾ ਆਪਾਂ ਤੁਸੀਂ ਜਾਂਦੇ, ਕਿਉਂਕਿ ਕਹਿੰਦੇ ਹੁੰਦੇ ਨੇ ਜਿਹੜਾ ਬੰਦਾ ਟੇਢੇ ਮੇਢੇ ਰਸਤਿਆਂ 'ਤੇ ਹੁੰਦੇ, ਡਿੱਗਦੇ ਟੈਂਦੇ ਕਿਤੇ ਖੜਾ ਹੁੰਦਾ ਨਾ। ਨਿੱਕੂ ਜੀ ਸਫ਼ਰ ਰੁਕ ਕਿੱਥੇ ਗਿਆ ਸੀ? ਤੁਹਾਡੀ ਪੱਗ ਦੀ ਗੱਲ ਹੁੰਦੀ ਸੀ ਜਦੋਂ ਤੁਸੀਂ ਪਹਿਲਾਂ ਹੋਂਦ ਵਿੱਚ ਆਏ ਸੀ, ਫਿਰ ਸਫ਼ਰ ਕਿਤੇ ਰੁਕ ਗਿਆ ਸੀ, ਕੀ ਹੋਇਆ ਸੀ? ਕੁਛ ਨਹੀਂ, ਗੁਰਦੁਆਰਾ ਸਾਹਿਬ ਮੂਹਰੇ ਖੜ ਕੇ ਮੈਂ ਮੀਡੀਆ ਤੋਂ ਤਾਂ ਹੀ ਡਰਦਾ ਸੀ, ਲੰਬੀਆਂ ਗੱਲਾਂ ਨਹੀਂ, ਕੋਈ ਦਿੱਕਤ ਨਹੀਂ ਹੈ, ਅਸੀਂ ਵਿਚਾਰ ਤੁਹਾਡੇ ਜਿਹੜੇ ਚਾਹਣ ਵਾਲੇ ਨੇ ਜਾਂ ਜਿਹੜੇ ਮਨ ਦੇ ਕੁਝ ਭਾਵਨਾਵਾਂ ਤੇ ਪ੍ਰਗਟ ਕਰ ਦੋ, ਕਿਉਂਕਿ ਉੱਥੇ ਵੀ ਗਏ ਇੱਥੇ ਵੀ ਗਏ, ਸਕੂਨ ਕਿੱਥੇ ਮਿਲਿਆ? ਕਿਉਂਕਿ ਉੱਥੇ ਜਾ ਕੇ ਤੁਸੀਂ ਇਹ ਗੱਲ ਕੀਤੀ ਕਿ ਹਾਂ ਮੈਂ ਗਲਤ ਰਸਤੇ ਪੈ ਗਿਆ, ਪਰ ਇੱਥੇ ਆ ਕੇ ਅੱਜ ਭੁੱਲ ਬਖਸ਼ਾ ਲਈ। ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਦਰ ਤੋਂ ਵੱਡਾ ਕੋਈ ਘਰ ਨਹੀਂ, ਇਸ ਅਸੀਂ ਸਾਰੇ ਜਾਣਦੇ ਹਾਂ, ਪਰ ਜਦੋਂ ਅਸੀਂ ਕਿਸੇ ਦੁੱਖ ਮੁਸੀਬਤ ਸੁਣਿਆ ਅਸੀਂ ਬਾਬੇ ਦੇ ਨਾਲ ਨਾਲ, ਜਿੱਥੇ ਸਾਨੂੰ ਕੋਈ ਮਾੜਾ ਜਿਹਾ ਵੀ ਲੱਗਦਾ ਨਾ, ਇੱਧਰ ਨੂੰ ਭੱਜਣਾ ਇੱਧਰ ਨੂੰ ਭੱਜਣਾ, ਕੋਈ ਕਹਿੰਦਾ ਤੂੰ ਮੁੰਡੇ ਇੱਥੇ ਵੀ ਮੱਥਾ ਟੇਕ ਲੈ, ਇੱਥੇ ਮੱਥਾ ਟੇਕ ਲੈ, ਅਸੀਂ ਹਰ ਜਗ੍ਹਾ ਭੱਜਦੇ ਹਾਂ ਕਿਉਂਕਿ ਸਾਡਾ ਮਨ ਸੰਚਲ ਹੈ, ਅਸੀਂ ਕਲਯੁਗੀ ਜੀਵ ਹਾਂ, ਸਾਡੇ 'ਚ ਇੰਨੀ ਸਮਰੱਥਾ ਨਹੀਂ, ਸਾਡੇ 'ਚ ਇੰਨੀ ਤਾਕਤ ਨਹੀਂ ਕਿ ਅਸੀਂ ਵਾਹਿਗੁਰੂ ਦੇ ਅੱਗੇ ਆ ਕੇ ਆਪਣਾ ਦੁੱਖ ਪ੍ਰੋਪਰ ਰੋਜ਼ ਅੱਗੇ, ਸਾਨੂੰ ਰੋਣਾ ਹੀ ਨਹੀਂ ਆਉਂਦਾ, ਸਾਨੂੰ ਬਾਬੇ ਤੋਂ ਮੰਗਣਾ ਹੀ ਨਹੀਂ ਆਉਂਦਾ। ਮੈਨੂੰ ਲੱਗਦਾ ਅੱਜ ਜਿਵੇਂ ਅੰਦਰ ਜਾ ਕੇ ਮਨ ਭਰਿਆ, ਜੇ ਪਹਿਲੇ ਕਿਤੇ ਅੱਗੇ ਮਨ ਭਰਿਆ ਹੁੰਦਾ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ। ਸੋ ਇਹ ਵੀ ਇਸ ਵੀ ਵਾਹਿਗੁਰੂ ਦੀ ਕੋਈ ਰਜ਼ਾ ਹੋਣੀ ਆ, ਕਿਉਂਕਿ ਮੈਨੂੰ ਲੱਗਦਾ ਜੇ ਇਹ ਵਿਵਾਦ ਨਾ ਹੁੰਦਾ ਤਾਂ ਇੰਨੀ ਦੁਨੀਆ ਤੱਕ ਮੇਰਾ ਦਰਦ ਨਾ ਪਹੁੰਚਦਾ। ਸੋ ਵਾਹਿਗੁਰੂ ਜਾਣਦਾ ਕਿ ਹਰ ਚੀਜ਼ ਦਾ ਰਸਤਾ ਕੀ ਹੈ,
ਇਹ ਸਾਡੇ ਜੀਵਾਂ ਦੇ ਸੋਚ ਤੋਂ ਬਹੁਤ ਪਰੇ ਦੀਆਂ ਗੱਲਾਂ। ਨਿੱਕੂ ਜੀ ਹੁਣ ਕਿਸ ਤਰ੍ਹਾਂ ਸਫ਼ਰ, ਹੁਣ ਤਿਆਰੀ ਹੋ ਗਈ ਹੈ? ਹੁਣ ਲਗਾਤਾਰ ਗਿੱਪੀ ਗਰੇਵਾਲ ਦੇ ਨਾਲ ਜਾਂ ਦਜੀਤ ਸਾਂਝ ਬਾਕੀ ਨੇ ਵੀ ਕਾਫੀ ਨੇ ਬਾਹਰ ਕੋਸ਼ਿਸ਼ ਕੀਤੀ ਆ, ਸਟੇਜ ਤੇ ਵੀ ਪਹੁੰਚੇ ਹੋ, ਦੋਸਤਾਂ ਨੇ ਫਿਰ ਉਦਾਂ ਹੀ ਪਿਆਰ ਦਿੱਤਾ ਜੀ। ਇਹ ਸਾਰੇ ਭਰਾ ਨੇ, ਮੈਨੂੰ ਤਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਹੈ ਇਹ ਜੋ ਕੁਛ ਵੀ ਹੋਇਆ, ਜੋ ਕੁਛ ਵੀ ਇਹ ਰਚਿਆ ਗਿਆ ਜਾਂ ਬਣਿਆ, ਜੋ ਚੀਜ਼ਾਂ ਹੋਈਆਂ, ਇਹਦੇ ਵਿੱਚ ਮੈਨੂੰ ਪੂਰੀ ਦੁਨੀਆ ਤੋਂ ਪਿਆਰ ਮਿਲ ਰਿਹਾ, ਮੇਰੀ ਸਾਰੀ ਇੰਡਸਟਰੀ ਮੇਰੇ ਨਾਲ ਜੁੜ ਗਈ ਵਾਪਸ। ਮੈਨੂੰ ਇਹ ਲੱਗਦਾ ਕਿ ਵਾਹਿਗੁਰੂ ਸਾਡੇ ਵਿੱਚ ਹੀ ਵੱਸਦਾ, ਸਾਡੇ ਇਨਸਾਨਾਂ 'ਚ ਹੀ ਵੱਸਦਾ। ਜੋ ਕੁਛ ਵਾਹਿਗੁਰੂ ਨੇ ਪ੍ਰਾਕਿਰਤੀ ਬਣਾਈ ਹੈ, ਉਸ ਹਰ ਚੀਜ਼ ਦੇ ਵਿੱਚ ਵਾਹਿਗੁਰੂ ਵੱਸਦਾ। ਸੋ ਵਾਹਿਗੁਰੂ ਕਿਹੜੀ ਜਗ੍ਹਾ ਤੋਂ ਜਾ ਕੇ ਸਾਨੂੰ ਕਿੱਥੇ ਕਿੱਥੇ ਸਾਡਾ ਦਾਣਾ ਪਾਣੀ ਜਿਵੇਂ ਜਿਵੇਂ ਉਹ ਲਿਖੀ ਜਾਂਦਾ ਤੁਰੀ ਜਾਂਦਾ ਆਪਾਂ ਤੁਰੀ ਜਾਂਦੇ ਹਾਂ, ਅਤੇ ਕਿੱਥੇ ਜਾ ਕੇ ਉਹਨੇ ਸਾਡੀਆਂ ਭੁੱਲਾਂ ਮੁਕਸਾਉਣੀਆਂ ਨੇ, ਕਿੱਥੋਂ ਸਾਨੂੰ ਕੀ ਕਰਨਾ, ਇਹ ਵਾਹਿਗੁਰੂ ਜਾਣਦਾ, ਸਾਡੇ ਵੱਸ 'ਚ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਕਿ ਆਹ ਦਰ ਤੋਂ ਵੱਡਾ ਕੋਈ ਦਰ ਨਹੀਂ, ਨਾ ਕਦੇ ਹੋਇਆ ਨਾ ਕੋਈ ਹੋਣਾ। ਏ ਫਿਊ ਮੋਮੈਂਟਸ ਲੇਟਰ ਸਾਡੀਆਂ ਸਾਰੀਆਂ ਸਹੇਲੀਆਂ ਦੇ ਸਾਡਾ ਭਰਾ ਮਾਵਾਂ ਕਹਿੰਦੀਆਂ ਸਾਡੇ ਪੁੱਤਾਂ ਦਾ ਵਿਆਹ ਹੋਣ ਤੋਂ ਸਾਡੇ ਪੁੱਤ ਨੂੰ ਵੀ ਉੱਥੇ ਬੁਲਾਵਾਂਗੇ, ਸਾਨੂੰ ਹੋਰ ਕੋਈ ਨਹੀਂ ਚਾਹੀਦਾ। ਲੋਕਾਂ ਨੇ ਡੀਜੇ ਕੈਂਸਲ ਕਰਕੇ ਭੰਗੜੇ ਪਾਉਣ ਤੁਹਾਡੇ ਨਾਲ ਥੋੜ੍ਹਾ ਜਿਹਾ ਚੱਲ ਯਾਰ ਹੋ ਤੂੰ ਚਾਰ ਫੜ ਲਓ ਭਾਜੀ।